ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜ ਚੁੱਕੇ ਹੋ ਓਨਲੀ ਐਗਰੀਕਲਚਰ ਪੇਜ ਦੇ ਨਾਲ। ਅਤੇ ਅੱਜ ਨਰਮੇ ਦੇ ਭਾਅ ਕੀ ਰਹੇ ਨੇ ਦੇਸ਼ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚ, ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ। ਪਰ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਰਿਕੁਐਸਟ ਹੈ ਕਿ ਜੇਕਰ ਤੁਸੀਂ ਜਿੰਨੀ ਦੇਰ ਦੇ ਵਿੱਚ ਇਸ ਪੇਜ ਦੇ ਨਾਲ ਜੁੜਦੇ ਹੋ ਸਾਡੇ ਦੇ ਨਾਲ, ਤਾਂ ਆਵਾਜ਼ ਜਿਹੜੇ ਦੋਸਤ ਜੁੜਦੇ ਨੇ ਤਾਂ ਦੱਸਿਓ ਜ਼ਰੂਰ ਕਿ ਕੀ ਆਵਾਜ਼ ਆ ਜਿਹੜੀ ਉਹ ਮੇਰੀ ਕਲੀਅਰ ਆ ਰਹੀ ਹੈ। ਜੇਕਰ ਦੋਸਤ ਜੁੜਦੇ ਨੇ ਤਾਂ ਜ਼ਰੂਰ ਦੱਸਿਓ ਕਿ ਆਵਾਜ਼ ਆ ਜਿਹੜੀ ਉਹ ਕਲੀਅਰ ਆ ਰਹੀ ਆ, ਸਾਫ਼ ਆ ਰਹੀ ਆ, ਤਾਂ ਕਮੈਂਟ ਦੇ ਵਿੱਚ ਜਿਹੜਾ ਜ਼ਰੂਰ ਦੱਸਿਓ ਜੀ। ਅਤੇ ਅੱਜ ਦੇ ਵੱਖ ਵੱਖ ਮੰਡੀਆਂ ਦੇ ਵਿੱਚ ਭਾਅ ਕੀ ਰਹੇ ਨੇ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਆ ਜਿਹੜੀ ਉਹ ਲਾਈਵ ਦੇਵਾਂਗੇ। ਅੱਜ ਆਪਾਂ ਜਿਹੜੀ ਵੀਡੀਓ ਹੈ ਉਹ ਅਪਲੋਡ ਨਹੀਂ ਕਰਦੇ। ਸੋ ਕੀ ਰਹੇ ਨੇ ਭਾਅ ਦੇਸ਼ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚ, ਜੇਕਰ ਦੋਸਤ ਜੁੜ ਗਏ ਨੇ ਤਾਂ ਦੱਸਿਓ ਕਿ ਕੀ ਆਵਾਜ਼ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹੜੀ ਜਿਹੜੀ ਆਵਾਜ਼ ਹੈ ਮੇਰੀ ਉਹ ਕਲੀਅਰ ਆ ਰਹੀ ਹੈ। ਤਾਂ ਦੇਸ਼ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚ, ਜੀ ਹਾਂ, ਜਿਹੜੇ ਦੋਸਤ ਜੁੜੇ ਨੇ, ਅਪੀਲ ਹੈ, ਤੁਹਾਨੂੰ ਰਿਕੁਐਸਟ ਹੈ ਕਿ ਕਮੈਂਟ ਜ਼ਰੂਰ ਕਰਿਓ ਕਿ ਜਿਹੜੇ ਆਵਾਜ਼ ਹੈ ਤੁਹਾਡੇ ਤੱਕ ਕਲੀਅਰ ਆ ਰਹੀ ਹੈ। ਤਾਂ ਆਪਾਂ ਜਿਹੜੇ ਭਾਅ ਨੇ ਉਹ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਮਲੋਟ ਮੰਡੀ ਦੀ ਗੱਲ ਕਰਦੇ ਹਾਂ ਜੀ। ਮਲੋਟ ਮੰਡੀ ਦੇ ਵਿੱਚ ਅੱਜ ਜਿਹੜਾ ਨਰਮੇ ਦਾ ਭਾਅ ਰਿਹਾ ਉਹ 6700 ਰੁਪਏ ਪ੍ਰਤੀ ਕੁਇੰਟਲ ਰਿਹਾ। ਅਤੇ ਜਿਹੜੇ ਦੋਸਤ ਜੁੜਦੇ ਨੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਜਾਇਓ ਜੀ। ਸੋ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮੇ ਦਾ ਭਾਅ ਅੱਜ ਰਿਹਾ 19 ਜਨਵਰੀ ਨੂੰ ਉਹ 6600 ਰੁਪਏ ਪ੍ਰਤੀ ਕੁਇੰਟਲ ਰਿਹਾ। ਅਤੇ ਜਿਹੜੇ ਦੋਸਤ ਜੁੜਦੇ ਜਾਂਦੇ ਨੇ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਆਵਾਜ਼ ਜੇਕਰ ਕਲੀਅਰ ਆ ਰਹੀ ਆ ਤੁਹਾਡੇ ਤੱਕ ਤਾਂ ਕਮੈਂਟ ਆ ਜਿਹੜਾ ਉਹ ਜ਼ਰੂਰ ਕਰ ਦਿਓ ਜੀ। ਜਿਹੜੇ ਭਾਅ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਨਰਮੇ ਦੇ, ਅੱਜ ਕੋਟਨ ਦੇ ਕੀ ਭਾਅ ਰਹੇ ਨੇ ਨਰਮੇ ਦੇ ਦੇਸ਼ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰਾਂਗੇ ਆਪਾਂ, ਜਿਹਦੇ 'ਚ ਮਲੋਟ ਦੀ ਗੱਲ ਕਰ ਚੁੱਕੇ ਹਾਂ। ਉੱਥੇ ਜਿਹੜਾ ਨਰਮੇ ਦਾ ਭਾਅ ਰਿਹਾ ਉਹ 6700 ਰੁਪਏ ਪ੍ਰਤੀ ਕੁਇੰਟਲ ਰਿਹਾ। ਅਤੇ ਫਾਜ਼ਿਲਕਾ ਦੀ ਮੰਡੀ ਦੇ ਵਿੱਚ ਜਿਹੜਾ ਨਰਮਾ ਵਿਕਿਆ ਉਹ 6600 ਰੁਪਏ ਪ੍ਰਤੀ ਕੁਇੰਟਲ ਵਿਕਿਆ। ਅਤੇ ਜੇਕਰ ਬਰੇਟਾ ਮੰਡੀ ਦੀ ਗੱਲ ਕਰੀਏ, ਮਾਨਸਾ ਦੀ ਬਰੇਟਾ ਮੰਡੀ ਹੈ, ਉੱਥੇ ਨਰਮੇ ਦਾ ਭਾਅ ਜਿਹੜਾ ਰਿਹਾ ਉਹ 6900 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ। ਅਤੇ ਇਸੇ ਤਰ੍ਹਾਂ ਹੀ ਅਬੋਹਰ ਮੰਡੀ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਜਿਹੜੀ ਜਿਵੇਂ ਕੱਲ੍ਹ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਜਿਹੜਾ ਇਸ ਨੂੰ ਲੈ ਕੇ ਵਿਰੋਧ ਕੀਤਾ ਗਿਆ ਸੀ ਕਿ CCI ਵੱਲੋਂ ਜਿਹੜੀ ਖਰੀਦ ਆ ਉਹ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ, ਤਾਂ ਅੱਜ ਜਿਹੜਾ ਨਰਮੇ ਦਾ ਭਾਅ ਰਿਹਾ ਉੱਥੇ 6900 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ ਅਬੋਹਰ ਮੰਡੀ ਦੇ ਵਿੱਚ। ਅਤੇ ਰਾਜਸਥਾਨ ਦੀ ਵਿਜੇ ਨਗਰ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮੇ ਦਾ ਭਾਅ ਰਿਹਾ ਉਹ 7050 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ। ਜਿਹੜੇ ਦੋਸਤ ਜੁੜੇ ਨੇ ਇੱਕ ਵਾਰ ਆਵਾਜ਼ ਜ਼ਰੂਰ ਦੱਸ ਦਿਓ ਜੇ ਤੁਹਾਡੇ ਤੱਕ ਆ ਰਹੀ ਆ ਤਾਂ, ਕਿਉਂਕਿ ਤੁਹਾਡੇ ਕਮੈਂਟ ਆ ਜਿਹੜੇ ਉਹ ਨਹੀਂ ਆ ਰਹੇ। ਅਤੇ ਸੂਰਤਗੜ੍ਹ ਦੇ ਵਿੱਚ ਜਿਹੜਾ ਨਰਮਾ ਵਿਕਿਆ ਉਹ 6600 ਰੁਪਏ ਪ੍ਰਤੀ ਕੁਇੰਟਲ ਵਿਕਿਆ। ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਜੀਂਦ ਦੀ, ਹਰਿਆਣਾ ਦੇ ਜੀਂਦ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਉਹ 6900 ਰੁਪਏ ਪ੍ਰਤੀ ਕੁਇੰਟਲ ਰਿਹਾ। ਅਤੇ ਸਰਸਾ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਉਹ 7010 ਰੁਪਏ ਪ੍ਰਤੀ ਕੁਇੰਟਲ ਜਿਹੜਾ ਅੱਜ ਰਿਹਾ ਜੀ। ਇਸੇ ਤਰ੍ਹਾਂ ਹੀ ਸਮਾਣਾ ਦੀ ਗੱਲ ਕਰੀਏ, ਦੇਸ਼ ਦੀ ਹਰਿਆਣਾ ਦੀ ਸਮਾਣਾ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਉਹ ਰਿਹਾ ਜੀ 6500 ਰੁਪਏ ਪ੍ਰਤੀ ਕੁਇੰਟਲ।
ਜਿਸ ਤਰ੍ਹਾਂ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੀ ਮਲੋਟ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਸੀ ਉਹ 6700 ਰੁਪਏ, ਫਾਜ਼ਿਲਕਾ ਦੇ ਵਿੱਚ 6600 ਅਤੇ ਬਰੇਟਾ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਉਹ 6910 ਰੁਪਏ ਪ੍ਰਤੀ ਕੁਇੰਟਲ ਰਿਹਾ, ਅਤੇ ਇਸੇ ਤਰ੍ਹਾਂ ਹੀ ਅਬੋਹਰ ਮੰਡੀ ਦੇ ਵਿੱਚ ਜਿਹੜਾ ਨਰਮਾ ਉਹ 6900 ਰੁਪਏ ਪ੍ਰਤੀ ਕੁਇੰਟਲ ਵਿਕਿਆ। ਅਤੇ ਸਰਸਾ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮੇ ਦਾ ਭਾਅ ਰਿਹਾ 7000 ਰੁਪਏ ਪ੍ਰਤੀ ਕੁਇੰਟਲ ਰਿਹਾ, ਅਤੇ ਆਦਮਪੁਰ ਦੇ ਵਿੱਚ ਜਿਹੜਾ ਨਰਮਾ ਵਿਕਿਆ ਉਹ 6699 ਰੁਪਏ ਪ੍ਰਤੀ ਕੁਇੰਟਲ ਵਿਕਿਆ। ਇਸੇ ਤਰ੍ਹਾਂ ਹੀ ਫਤਿਹਾਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ। ਬਰਵਾਲਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਅੱਜ ਨਰਮੇ ਦਾ ਭਾਅ ਜਿਹੜਾ ਰਿਹਾ 6825 ਰੁਪਏ ਪ੍ਰਤੀ ਕੁਇੰਟਲ ਰਿਹਾ, ਅਤੇ ਇਸੇ ਤਰ੍ਹਾਂ ਹੀ ਐਲਨਾਬਾਦ ਮੰਡੀ ਦੇ ਵਿੱਚ ਜਿਹੜਾ ਨਰਮਾ ਵਿਕਿਆ ਉਹ 6838 ਰੁਪਏ ਪ੍ਰਤੀ ਕੁਇੰਟਲ ਜਿਹੜਾ ਵਿਕਿਆ। ਜਿਹੜਾ ਜੇਕਰ ਗੱਲ ਕਰੀਏ ਆਪਾਂ ਪੰਜਾਬ ਅਤੇ ਹਰਿਆਣਾ ਦੀ ਤਾਂ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਉਹ 100-200 ਰੁਪਏ ਦਾ ਜਿਹੜਾ ਫਰਕ ਨਾਲ ਕਿਤੇ ਨਾ ਕਿਤੇ ਜਿਹੜਾ ਚੱਲ ਰਿਹਾ। ਇਸੇ ਤਰ੍ਹਾਂ ਹੀ ਰਾਵਤਸਰ ਦੇ ਵਿੱਚ ਵੀ ਜਿਹੜਾ ਨਰਮੇ ਦਾ ਭਾਅ ਰਿਹਾ ਅੱਜ 6850 ਰੁਪਏ ਪ੍ਰਤੀ ਕੁਇੰਟਲ, ਅਤੇ ਭੁੱਟੋ ਮੰਡੀ ਦੇ ਵਿੱਚ ਜਿਹੜਾ ਨਰਮਾ ਸੀ ਉਹ 6780 ਰੁਪਏ ਪ੍ਰਤੀ ਕੁਇੰਟਲ ਰਿਹਾ। ਮਲੋਟ ਅਤੇ ਫਾਜ਼ਿਲਕਾ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਸੀ ਉਹ 100 ਰੁਪਏ, ਮਲੋਟ ਦੀ ਮੰਡੀ ਦੇ ਵਿੱਚ 6700 ਅਤੇ ਫਾਜ਼ਿਲਕਾ ਦੇ ਵਿੱਚ 6600 ਰੁਪਏ ਪ੍ਰਤੀ ਕੁਇੰਟਲ ਰਿਹਾ। ਅਬੋਹਰ ਦੇ ਵਿੱਚ ਜਿਹੜਾ ਨਰਮੇ ਦਾ ਭਾਅ 6900 ਰੁਪਏ ਪ੍ਰਤੀ ਕੁਇੰਟਲ ਹੈ ਜਿਹੜਾ ਉਹ ਰਿਹਾ ਜੀ ਅੱਜ। ਸੋ ਜਿਹੜੇ ਦੋਸਤ ਜੁੜਦੇ ਜਾਂਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਜੇਕਰ ਆਵਾਜ਼ ਤੁਹਾਡੇ ਤੱਕ ਕਲੀਅਰ ਆ ਰਹੀ ਹੈ ਤਾਂ ਉਹ ਵੀ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਹੈ ਜਿਹੜੀ ਹੋਰਨਾਂ ਕਿਸਾਨ ਦੋਸਤਾਂ ਦੇ ਨਾਲ ਵੀ ਪਹੁੰਚ ਸਕੇ। ਸੋ ਸਭ ਤੋਂ ਫਿਰ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਜਾਂਦੇ ਜਾਂਦੇ ਕਿ ਮਲੋਟ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਉਹ 6700 ਰੁਪਏ ਪ੍ਰਤੀ ਕੁਇੰਟਲ ਰਿਹਾ ਸੀ, ਅਤੇ ਫਾਜ਼ਿਲਕਾ ਦੀ ਮੰਡੀ ਦੇ ਵਿੱਚ 6600 ਰੁਪਏ ਪ੍ਰਤੀ ਕੁਇੰਟਲ ਰਿਹਾ ਨਰਮੇ ਦਾ ਭਾਅ। ਬਰੇਟਾ ਦੇ ਵਿੱਚ ਜਿਹੜਾ ਨਰਮਾ ਵਿਕਿਆ 6910 ਰੁਪਏ ਪ੍ਰਤੀ ਕੁਇੰਟਲ ਵਿਕਿਆ ਜੀ। ਅਬੋਹਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮੇ ਦਾ ਭਾਅ 6900 ਰੁਪਏ ਪ੍ਰਤੀ ਕੁਇੰਟਲ ਰਿਹਾ। ਵਿਜੇ ਨਗਰ ਦੇ ਵਿੱਚ ਰਾਜਸਥਾਨ ਦੇ ਵਿਜੇ ਅਜਮੇਰ ਦੇ ਵਿਜੇ ਨਗਰ ਦੇ ਵਿੱਚ ਨਰਮੇ ਦਾ ਭਾਅ 7050 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ। ਇਕੱਲਾ ਜੇਕਰ ਗੱਲ ਕਰੀਏ ਵਿਜੇ ਨਗਰ ਦੇ ਵਿੱਚ ਜਿਹੜਾ 7000 ਨੂੰ ਪਾਰ ਹੋਇਆ ਨਰਮੇ ਦਾ ਭਾਅ, ਨਹੀਂ ਤਾਂ ਇੱਕ ਸਰਸਾ ਮੰਡੀ ਦੇ ਵਿੱਚ ਵੀ 7000 ਨੂੰ ਪਾਰ ਹੋਇਆ, ਨਹੀਂ ਤਾਂ 7000 ਤੋਂ ਹੇਠਾਂ ਹੀ ਰਿਹਾ। ਫਤਿਹਾਬਾਦ ਮੰਡੀ ਦੇ ਵਿੱਚ ਵੀ ਜਿਹੜਾ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਇੰਟਲ ਵਿਕਿਆ, ਅਤੇ ਐਲਨਾਬਾਦ ਮੰਡੀ ਦੇ ਵਿੱਚ 6838 ਰੁਪਏ, ਅਤੇ ਬਰਵਾਲਾ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ 6825 ਰੁਪਏ ਪ੍ਰਤੀ ਕੁਇੰਟਲ ਹੀ ਜਿਹੜਾ ਰਿਹਾ। ਭੁੱਟੋ ਮੰਡੀ ਦੇ ਵਿੱਚ 6710 ਰੁਪਏ 80 ਰੁਪਏ, ਅਤੇ ਰਾਵਤਸਰ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਸੀ ਉਹ 6850 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ ਸੀ ਜੀ। ਸੋ ਤੁਹਾਨੂੰ ਅਪੀਲ ਹੈ ਕਿ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਹੈ ਜਿਹੜਾ ਜ਼ਰੂਰ ਕਰ ਦਿਆ ਕਰੋ। ਧੰਨਵਾਦ। ਇਹ ਅੱਜ ਦੇ ਨਰਮੇ ਦੇ ਮੰਡੀ ਦੇ ਭਾਅ ਸੀ। ਜਿਹੜੇ ਦੋਸਤ ਸਾਡੇ ਨਾਲ ਜੁੜੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ, ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਹੈ ਜਿਹੜਾ ਜ਼ਰੂਰ ਕਰ ਦਿਆ ਕਰੋ। ਪਰ ਤੁਸੀਂ ਕਿਸੇ ਨੇ ਕਮੈਂਟ ਕਰਕੇ ਨਹੀਂ ਦੱਸਿਆ ਕਿ ਜਿਹੜੀ ਆਵਾਜ਼ ਆ ਤੁਹਾਡੇ ਤੱਕ ਸਹੀ ਆ ਰਹੀ ਹੈ ਜਾਂ ਕਿਵੇਂ ਆ ਰਹੀ ਹੈ।